ਅਸਲਾਮੁਅਲੈਕਮ ਜੇ ਸ਼ਾਹਦ ਅਲੀ ਸੇਲਜ਼ ਮੈਨੇਜਰ ਪੈਸਟਿਸਾਈਡ ਕੰਪਨੀ ਜ਼ਿੰਮੇਵਾਰ ਭਰਾਵਾਂ ਦੀ ਖਿਦਮਤ ਜੇ ਕੋਈ ਫਿਰ ਹਾਜ਼ਰ ਅੱਜ ਅਸੀਂ 118 ਡੀਬੀ ਦੇ ਵਿੱਚ ਚੌਧਰੀ ਅਸਰਾਰ ਸਾਹਿਬ ਦੀ ਫੀਲਡ ਵਿੱਚ ਮੌਜੂਦ ਹਾਂ ਤੇ ਇਹਨਾਂ ਨੂੰ ਅਸੀਂ ਕਪਾਹ ਦੀ ਵੈਰਾਈਟੀ ਲਗਵਾਇ ਸੀ ਸੀਕੇਸੀ 3 ਤੇ ਅਲਹਮਦੁਲਿਲਾਹ ਤੇ ਅਸੀਂ ਐمبرੋਸ਼ੀਆ ਕੈਮੀਕਲ ਦੇ ਕਾਫੀ ਸਾਰੇ ਪ੍ਰੋਡਕਟ ਵੀ ਯੂਜ਼ ਕਰਵਾਏ ਨੇ ਜਿਵੇਂ ਫਾਸਫਰਟ ਖਾਦ ਬੀਓਪੀ ਵੀ ਹੈ ਉਹ ਥੱਲੇ ਹومیਓਕਸਿਡ ਵੀ ਅਸੀਂ ਇਸਤੇਮਾਲ ਕਰਵਾਇਆ ਐمبرੋਸਟਾਰ ਦਾ ਉੱਪਰ ਸਪਰੇ ਵੀ ਅਸੀਂ ਕਰਵਾਇਆ ਤੇ ਔਰ ਬਾਕੀ ਇਨਸੈਕਟੀਸਾਇਰਸ ਸਪਰੇਅ ਵੀ ਅਸੀਂ ਅੰਬਰੋਸ਼ੀਆ ਕੈਮੀਕਲ ਦੇ ਹੀ ਕਰਵਾਏ ਨੇ ਤੇ ਅਲਹਮਦੁਲਿਲਾ ਦੀ ਪਹਿਲੀ ਚੁਣਾਈ ਜਿਹੜੀ ਹੈ ਉਹ 15 ਮਾਣ ਨਿਕਲੀ ਦੂਸਰੀ ਚੁਣਾਈ ਦੀ ਤੁਸੀਂ ਸੂਰਤਿ ਹਾਲ ਵੇਖ ਸਕਦੇ ਹੋ ਪੌਦੇ ਦੀ ਅਲਹਮਦੁਲ ਦੇਖੋ ਇਹ ਪੌਦੇ ਦੀ ਤੁਸੀਂ ਸੂਰਤਿ ਹਾਲ ਕਿ ਐਂਡ ਤੱਕ ਇਹਨੇ ਟੀਂਡਾ ਲਿਆ ਔਰ ਅਜਾ ਕਦ ਦੇਖੋ ਠੀਕ ਹੈ ਦੂਸਰੀ ਚੁਣਾਈ ਇਨਸ਼ਾਅੱਲਾ 10 ਤੋਂ 12 ਮਾਣ ਇਹਨਾਂ ਦੀ ਫਿਰ ਦੁਬਾਰਾ ਹੋ ਜਾਏਗੀ ਅਸੀਂ ਇਸਰਾਰ ਭਾਈ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਏ ਸਾਡੇ ਮਸ਼ਰਏ ਨੂੰ ਸਾਡੇ ਪ੍ਰੋਡਕਟ ਤੇ ਮੁਤਮਿਲ ਹੈ ਨਹੀਂ ਕਿ ਜੀ ਇਸਰਾਰ ਭਾਈ ਜੀ ਅਸਲਾਮੁਅਲ ਜੀ ਸਭ ਤੋਂ ਪਹਿਲੇ ਤੇ ਮੈਂ ਇਹਨਾਂ ਦੇ ਤਾਵਨ ਦਾ ਸ਼ੁਕਰੀਆ ਅਦਾ ਕਰਨਾ ਚਾਹਨਾ ਹੈ ਤੇ ਉਸ ਤੋਂ ਬਾਅਦ ਮੈਂ ਕਹਿਣਾ ਚਾਹਨਾ ਕਿ ਮੈਂ ਬਿਲਕੁਲ ਮਤਮਨ ਹਾਂ ਔਰ ਦੂਸਰੇ ਵੀ ਕਾਸ਼ਤਕਾਰ ਭਰਾਵਾਂ ਨੂੰ مشورہ ਦੇਣਾ ਚਾਹਨਾ ਕਿ ਇਹਨਾਂ ਦੇ ਪ੍ਰੋਡਕਟ ਯੂਜ਼ ਕਰੋ ਔਰ ਅੱਛਾ ਅਚੀ ਪੈਦਾਵਾਰ ਲਓ ਅੱਛਾ ਰਿਜ਼ਲਟ ਮਿਲੇਗਾ ਇਨਸ਼ਾਅੱਲਾ ਦੇ ਸ਼ੁਕਰੀਆ ਸਰਾਰ ਭਾਈ ਜਿਵੇਂ ਕਿ ਸਰਾਰ ਭਾਈ ਨੇ ਦੱਸਿਆ ਕਿ ਇਹ ਬੜੇ ਮਤਮਨ ਨੇ ਸਾਡੇ ਪ੍ਰੋਡਕਟ ਤੋਂ ਸਾਡੇ ਮਸ਼ਵਰੇ ਤੋਂ ਤਾਂ ਅਲਹਮਦੁਲਿਲਾ ਦੂਸਰੇ ਜ਼ਿੰਮੇਦਾਰ ਭਰਾਵਾਂ ਨੂੰ ਅਸੀਂ ਮਸ਼ਵਰਾ ਦਿੰਨੇ ਆ ਕਿ ਐਮਰੋਸ਼ੀਆ ਕਮੀ ਕਾਲ ਦਾ ਪ੍ਰੋਡਕਟ ਯੂਜ਼ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਲਓ ਇਨਸ਼ਾਅੱਲਾ ਜੇ ਜ਼ਿੰਮੇਦਾਰ ਭਾਈ ਨੂੰ ਮੇਰੇ ਨਾਲ ਮਸ਼ਵਰਾ ਕਰਨ ਦੀ ਜ਼ਰੂਰਤ ਹੋਵੇ ਤਾਂ ਮੇਰਾ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਮੌਜੂਦ ਹੈ ਉਹ ਜ਼ਿੰਮੇਦਾਰ ਭਾਈ ਉਥੋਂ ਮੇਰਾ ਨੰਬਰ ਲੈ ਕੇ ਮੇਰਾ ਰਾਬਤਾ ਕਰ ਸਕਦਾ ਹੈ ਸ਼ੁਕਰੀਆ तमाम ਜ਼ਿੰਮੇਦਾਰ ਭਾਈਆਂ ਦਾ ਅਸਲਾਮੁਅਲੈਕਮ